ਜੇ ਇਹ ਵਾਲੀ ਵੀਡੀਓ ਆਪਾਂ ਸ਼ੇਅਰ ਨਹੀਂ ਕਰਨੀ ਤੇ ਕੋਈ ਫਾਇਦਾ ਨਹੀਂ ਸਾਡਾ ਇੰਟਰਨੈਟ ਚ ਲਾਉਣ ਦਾ ਕਿਉਂਕਿ ਮੇਰੀ ਜ਼ਿੰਦਗੀ ਦੀ ਇਹ ਸਭ ਤੋਂ ਵਧੀਆ ਤੇ ਅਨਮੋਲ ਵੀਡੀਓ ਆ ਜਿਹੜੀ ਮੈਂ ਆਪਜੀ ਨਾਲ ਸਾਂਝੀ ਕਰਨ ਜਾ ਰਿਹਾ ਆ ਇਸ ਤੋਂ ਵਧੀਆ ਵੀਡੀਓ ਨਾ ਤਾਂ ਮੈਂ ਪਹਿਲਾਂ ਕਦੀ ਆਪਜੀ ਨਾਲ ਸ਼ੇਅਰ ਕੀਤੀ ਆ ਤੇ ਨਾ ਹੀ ਇਨ ਫਿਊਚਰ ਮੇਰੇ ਕੋਲ ਕੋਈ ਵੀਡੀਓ ਆਈ ਥਿੰਕ ਕੋਈ ਬਣਨੀ ਆ ਠੀਕ ਹੈ ਜੀ ਸੋ ਉਸ ਤੋਂ ਪਹਿਲਾਂ ਸਾਰੀ ਸੰਗਤ ਨੂੰ ਅੱਜ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸੋ ਬਾਕੀ ਹੁਣ ਆਪਾਂ ਕੀ ਕਰਨਾ ਆ ਆਪਾਂ YouTube ਤੇ ਜਾਣਾ ਆ ਠੀਕ ਹੈ ਜੀ ਤੁਸੀਂ ਹੋਰ ਕੋਈ ਵੀ ਚੈਨਲ ਦੇਖ ਸਕਦੇ ਹੋ ਇਹ ਵੀ ਨਹੀਂ ਆ ਕਿ ਮੈਂ ਕਿਸੇ ਵੀਰ ਦਾ ਚੈਨਲ ਪ੍ਰਮੋਟ ਕਰ ਰਿਹਾ ਹਾਂ ਠੀਕ ਹੈ ਜੀ ਐਦਾਂ ਦੀ ਕੋਈ ਗੱਲ ਨਹੀਂ ਆ ਮੇਰਾ ਮੇਨ ਮਕਸਦ ਇਹੋ ਹੀ ਆ ਕਿ ਆਪਾਂ ਧੰਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸੁਣੀਏ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨ ਦੀ ਕੋਸ਼ਿਸ਼ ਕਰੀਏ ਉਸ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ ਠੀਕ ਹੈ ਜੀ ਸੋ ਆਪ ਜੀ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂ ਸਦਕਾ ਉਸ ਅਕਾਲ ਪੁਰਖ ਨੇ ਮੇਰੇ ਹਿਰਦੇ ਵਿੱਚ ਇੱਕ ਇੱਛਾ ਜਗਾਈ ਤੇ ਮੈਂ ਧੰਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਸਰਚ ਕੀਤਾ ਤੇ YouTube ਤੇ ਮੈਨੂੰ ਇਹ ਵਾਲਾ ਚੈਨਲ ਤੇ ਤੁਸੀਂ ਵੀ YouTube ਤੇ ਜਾ ਕੇ ਲਿਖੋਗੇ ਮੈਂ ਉੱਤੇ ਥੰਬਨੇਲ ਅਟੈਚ ਕਰ ਦਿੰਦਾ ਹਾਂ ਤੁਸੀਂ YouTube ਤੇ ਲਿਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਲ ਪੰਜਾਬੀ ਵਿਆਖਿਆ ਅੰਗ ਪਹਿਲਾ ਠੀਕ ਹੈ ਜੀ ਤੇ ਤੁਹਾਨੂੰ ਜਿਹੜੀ ਆ ਇਹ ਵਾਲੀਆਂ ਵੀਡੀਓਜ਼ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਿਓ ਕਿ ਹੈੱਡਫੋਨ ਲਾਓ ਇਕਾਂਤ ਵਿੱਚ ਜਿਹੜਾ ਬਾਣੀ ਤੁਹਾਡੇ ਕੰਨਾਂ ਰਾਹੀਂ ਠੀਕ ਹੈ ਜੀ ਤੁਹਾਡੇ ਹਿਰਦੇ ਤੱਕ ਪਹੁੰਚੇ ਤੇ ਦੇਖਿਓ ਹੌਲੀ ਹੌਲੀ ਤੁਹਾਨੂੰ ਜ਼ਿੰਦਗੀ ਜਿਹੜੀ ਆ ਇਹ ਕਲਯੁਗ ਜਿਹੜਾ ਆ ਸਤਯੁਗ ਲੱਗਣ ਲੱਗ ਜਾਏਗਾ ਠੀਕ ਹੈ ਜੀ ਜ਼ਿੰਦਗੀ ਜਿਹੜੀ ਸੋਹਣੀ ਲੱਗਣ ਲੱਗ ਜਾਏਗੀ ਜਿਹੜਾ ਈਰਖਾ ਸਾਡੇ ਮਨ ਵਿੱਚ ਆਂਦੀ ਆ ਉਹ ਸਾਡੇ ਤੋਂ ਦੂਰ ਜਾਣ ਲੱਗ ਜਾਏਗੀ ਠੀਕ ਹੈ ਜੀ ਤੁਹਾਡੇ ਘਰਾਂ ਵਿੱਚ ਤੁਹਾਡੇ ਪਰਿਵਾਰਾਂ ਤੇ ਤੁਹਾਡੇ ਕਾਰੋਬਾਰਾਂ ਵਿੱਚ ਦੇਖਿਓ ਕਿਦਾਂ ਓਕਾਲਪੁਰਖ ਵਾਧੇ ਪਾਉਂਦਾ ਠੀਕ ਹੈ ਜੀ ਉਸ ਓਕਾਲਪੁਰਖ ਅੱਗੇ ਜਾ ਕੇ ਮੰਗਣ ਦੀ ਵੀ ਲੋੜ ਨਹੀਂ ਪੈਣੀ ਸੱਚੇ ਪਾਤਸ਼ਾਹ ਨੇ ਆਪਣੇ ਆਪ ਹੀ ਜਿਹੜਾ ਤੁਹਾਡੇ ਕਾਰੋਬਾਰਾਂ ਵਿੱਚ ਵਰਕਤਾ ਪਾਣੀਆ ਸ਼ੁਰੂ ਕਰਦਣੀਆਂ ਨੇ ਇਸ ਕਰਕੇ ਇਸ ਵੀਡੀਓ ਨੂੰ ਹੋਰ ਵੀ ਭੈਣ ਭਰਾਵਾਂ ਨਾਲ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਭੈਣ ਭਰਾ ਉਸ ਅਕਾਲ ਪੁਰਖ ਦੀ ਇਲਾਹੀ ਬਾਣੀ ਨੂੰ ਸੁਣਨ ਸਮਝਣ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਨ ਤੇ ਆਪਣਾ ਜਿਹੜਾ ਹੈ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ